ਐਕਚੁਅਲੀ ਅਸੀਂ ਆਈਵਾ ਵੱਲੋਂ ਇੱਕ ਬਿਊਟੀ ਪੇਸ਼ੈਂਟ ਕੀਤਾ ਸੀਗਾ, ਉਸਦਾ ਇਹ ਥਰਡ ਸੀਜ਼ਨ ਰਿਹਾ ਸੀਗਾ। ਤਾਂ ਮਿਸਟਰ ਮਿਸ ਔਰ ਅਨਮੈਰਿਡ ਕੈਟਾਗਰੀ ਦਾ ਸੀਗਾ, ਔਰ ਮਿਸਟਰ ਮਿਸਿਸ ਕੈਟਾਗਰੀ ਜਿਹੜੀ ਹੈਗੀ ਹੈ ਉਹ ਮੈਰਿਡ ਕੈਟਾਗਰੀ ਦੀ ਰਹਿ ਚੁੱਕੀ ਹੈ। ਔਰ ਇਸਦੇ ਰਿਲੇਟਡ ਹੀ ਹੁਣ ਅਸੀਂ 10 ਤੋਂ 15 ਤਰੀਕ ਦੇ ਵਿੱਚ ਅੰਡੇਮਾਨ ਨਿਕੋਬਾਰ ਦੇ ਵਿੱਚ ਇਸਦਾ ਜਿਹੜਾ ਬਿਊਟੀ ਪੇਸ਼ੈਂਟ ਦਾ ਗ੍ਰੈਂਡ ਫਿਨਾਲੇ ਰਿਹਾ ਸੀਗਾ, ਔਰ ਉਸਦੇ ਰਿਲੇਟਡ ਹੀ ਅਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਅਤੇ ਵਿਨਰ ਇਸ ਦੇ ਵਿੱਚ ਨਿਹਾਰਿਕਾ ਨੂੰ ਰੋਲਾ ਰਹੀ ਹੈ, ਅਤੇ ਬਾਕੀ ਜਿਹੜਾ ਫਰਦਰ ਪ੍ਰੋਗਰਾਮ ਹੈਗਾ ਅਸੀਂ ਉਸਦੇ ਰਿਲੇਟਡ ਹੀ ਕਰ ਰਹੇ ਹਾਂ। ਹਾਂਜੀ, ਆਈਵਾ ਦੇ ਵਿੱਚ ਮੈਂ ਲਾਸਟ ਈਅਰ ਪਾਰਟੀਸਪੇਟ ਕੀਤਾ ਸੀਗਾ, ਐਂਡ ਆਈ ਗੋਟ ਦਾ ਟਾਈਟਲ ਸਬ ਟਾਈਟਲ ਆਫ ਮਿਸਿਸ ਫੋਟੋਜੈਨਿਕ 2017। ਹਾਂ, ਆਈਵਾ ਦੇ ਵਿੱਚ ਸਾਡੀ ਜਿਹੜੀ ਜਰਨੀ ਰਹੀ ਹੈ ਬਹੁਤ ਹੀ ਕਲਰਫੁੱਲ ਰਹੀ ਹੈ। ਉਹਨਾਂ ਨੇ ਇੱਕ ਸਪਾਰਕ ਐਡ ਕੀਤਾ ਸਾਡੇ ਦੇ ਵਿੱਚ। ਮੈਂ ਕਹਿਣਾ ਚਾਹਾਂਗੀ ਕਿ ਉਹਨਾਂ ਨੇ ਸਾਨੂੰ ਇੱਕ ਆਨਰ ਦਿੱਤਾ, ਬ੍ਰਾਂਡ ਅੰਬੈਸਡਰ ਬਣਾਇਆ, ਕਿਉਂਕਿ ਅਸੀਂ ਸੁਸਾਇਟੀ ਦੇ ਲਈ ਕੰਮ ਕੀਤਾ। ਉਹਨਾਂ ਦੇ ਕੁਛ ਸੋਸ਼ਲ ਕੋਜ਼ਿਜ਼ ਹੈ ਜਿਨ੍ਹਾਂ ਦੇ ਉੱਤੇ ਉਹ ਅਵੇਅਰਨੈਸ ਕਰ ਰਹੇ ਨੇ, ਸੁਸਾਇਟੀ ਲਈ ਉਹ ਵਰਕ ਕਰ ਰਹੇ ਨੇ, ਲਾਈਕ ਡੋਮੈਸਟਿਕ ਵਾਇਲੈਂਸ, ਵੂਮੈਨ ਐਮਪਾਵਰਮੈਂਟ ਔਰ ਸੇਵ ਦਾ ਚਾਈਲਡ। ਇਸ ਤਰ੍ਹਾਂ ਦੇ ਉਹਨਾਂ ਦੇ ਪ੍ਰੋਜੈਕਟ ਹੈਗੇ ਆ, ਉਹਨਾਂ ਦੇ ਵਿੱਚ ਹੀ ਅਸੀਂ ਉਹਨਾਂ ਨੂੰ ਫੋਲੋ ਕਰ ਰਹੇ ਹਾਂ, ਜਿਵੇਂ ਜਿਵੇਂ ਸਾਨੂੰ ਗਾਈਡ ਕਰ ਰਹੇ ਨੇ ਅਸੀਂ ਉਸ ਹਿਸਾਬ ਨਾਲ ਕੰਮ ਕਰ ਰਹੇ ਹਾਂ। ਕੁਛ ਲੋਕਾਂ ਦੀ ਧਾਰਨਾ ਰਹਿੰਦੀ ਹੈ ਕਿ ਲੜਕੀ ਜਦੋਂ ਮਾਡਲ ਬਣ ਜਾਂਦੀ ਹੈ ਜਾਂ ਕੋਈ ਵਿਨਰ ਹੋ ਜਾਂਦੀ ਹੈ, ਉਸ ਤੋਂ ਬਾਅਦ ਉਹ ਪੱਕਾ ਮੂਵੀਜ਼ ਵੱਲ ਕਰਦੀ ਹੈ, ਰੁੱਖ ਕਰਦੀ ਹੈ। ਤੁਸੀਂ ਬੋਲੀਵੁੱਡ ਜਾਂ ਬਾਲੀਵੁੱਡ ਵੱਲ ਰੁੱਖ ਨਹੀਂ ਕੀਤਾ ਹੁੰਦਾ? ਨਹੀਂ, ਐਸ ਸੱਚ ਕੁਛ ਔਫਰਸ ਮੈਨੂੰ ਆਈਆਂ ਸੀਗੀਆਂ, ਬਟ ਮੇਰਾ ਕਿਉਂਕਿ ਖੁਦ ਦਾ ਮਾਇੰਡ ਸੈੱਟ ਨਹੀਂ ਸੀ ਬਣਿਆ। ਮੈਨੂੰ ਇਹ ਸੀ ਕੋਈ ਅੱਛਾ ਪ੍ਰੋਜੈਕਟ ਆਏਗਾ ਤਾਂ ਡੈਫੀਨੇਟਲੀ। ਸਭ ਤੋਂ ਪਹਿਲਾਂ ਆਈ ਵੁੱਡ ਸੇ ਕਿ ਉਹਨਾਂ ਨੂੰ ਐਜੂਕੇਸ਼ਨ ਤਾਂ ਜ਼ਰੂਰ ਲੈਣੀ ਚਾਹੀਦੀ ਹੈ। ਕੋਈ ਵੀ ਫੀਲਡ ਦੇ ਵਿੱਚ ਤੁਸੀਂ ਜਾਣਾ, ਤੁਹਾਡੇ ਕੌਨਫੀਡੈਂਸ ਲੈਵਲ ਇੰਨਾ ਕੁ ਡਿਵੈਲਪ ਹੋਣਾ ਚਾਹੀਦਾ, ਤੁਹਾਨੂੰ ਇੰਡੀਪੈਂਡੈਂਟਲੀ ਹੋਣਾ ਚਾਹੀਦਾ ਹੈ ਕਿ ਤੁਸੀਂ ਕੋਈ ਵੀ ਕੰਮ ਕਰਨ ਜਾ ਰਹੇ ਹੋ ਤਾਂ ਤੁਸੀਂ ਉਸਨੂੰ ਪੂਰਾ ਦੇਖ ਕੇ ਪਰਖ ਕੇ ਫਿਰ ਹੀ ਤੁਸੀਂ ਸਟੈਪ ਫੋਰਵਰਡ ਕਰੋ। ਤਾਂ ਮੈਂ ਤਾਂ ਤੁਹਾਨੂੰ ਇਹੀ ਕਹਿ ਸਕਦੀ ਹਾਂ ਕਿ ਬਿਊਟੀ ਪੇਜੈਂਟਸ ਜਾਂ ਕੋਈ ਹੋਰ ਫੀਲਡ, ਉਸਦੇ ਵਿੱਚ ਜਾਣ ਦੇ ਲਈ ਤੁਹਾਨੂੰ ਉਸਦੇ ਲਈ ਪੂਰਾ ਵਰਕ ਕਰਨਾ ਬਹੁਤ ਜ਼ਰੂਰੀ ਹੈ। ਥੈਂਕ ਯੂ ਸੋ ਮੱਚ।